ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣੇ ਵੀ ਬੋਬੀ। ਸੋ ਸ਼ੂਟ ਚੱਲ ਰਿਹਾ ਜੀ ਆਪਣੇ ਗਾਣੇ ਦਾ। ਸੋ ਆਪਾਂ ਮਿਲਾਉਂਦੇ ਸਾਡੇ ਮੇਰ ਕਿਰਦਾਰ ਦਿਲਵਾਰ ਐਸ ਦੁਬਈ ਜੀ ਨਾਲ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਕਿਵੇਂ ਲੱਗ ਰਿਹਾ? ਹਾਂਜੀ ਅੰਕਲ ਜੀ, ਕਿਵੇਂ ਲੱਗ ਰਿਹਾ ਸ਼ੂਟ 'ਤੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਵੀ ਬੋਬੀ ਜੀ ਸਾਡੇ ਜਿਹੜੇ ਮੇਨ ਬੰਦੇ ਆ ਜੀ, ਬਹੁਤ ਅੱਛਾ ਸਾਰੀ ਟੀਮ ਹੈਗੀ ਹੈ ਜੀ, ਬਹੁਤ ਹੀ ਅੱਛਾ ਲੱਗਦਾ ਜੀ। ਕਾਫੀ ਕੰਮ ਇਹਨਾਂ ਨਾਲ ਕਰ ਚੁੱਕੇ ਹਾਂ, ਆਪ ਪੂਰੀ ਉਮੀਦ ਆ ਕਰਦੇ ਹੀ ਰਹਾਂਗੇ। ਸੋ ਅੰਕਲ ਪੂਰੇ ਐਕਸਾਈਟਡ ਹਾਂ ਜੀ। ਹਾਂਜੀ ਭਾਈ, ਉਹਨਾਂ ਦੇ ਕਾਫੀ ਆਪਾਂ ਗੱਲ ਕਰਾਂਗੇ ਆਪਾਂ ਸਾਰੇ ਆਰਟਿਸਟ ਨਾਲ। ਜੀ ਜੀ। ਅਤੇ ਇਹ ਸਾਡਾ ਅੱਜ ਦਾ ਲੋਕੇਸ਼ਨ ਦਾ ਸੈੱਟ ਸਾਡਾ ਬਣਿਆ ਹੋਇਆ ਸੀ, ਲੋਕੇਸ਼ਨ ਹੈ ਬਹੁਤ ਵਧੀਆ। ਸੋ ਇਹ ਨੇ ਜੀ ਸਾਡੇ ਅੱਜ ਦੇ ਡਾਇਰੈਕਟਰ ਨੀਰਜ। ਸਤਿ ਸ਼੍ਰੀ ਅਕਾਲ ਜੀ ਬੜਾ ਜੀ ਸਾਰਿਆਂ ਨੂੰ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਹਾਂਜੀ ਸਾਰਿਆਂ ਨੂੰ। ਅਤੇ ਸ਼ੂਟ ਹੋਣ ਲੱਗਾ ਸ਼ੁਰੂ, ਪਹਿਲਾਂ ਟੇਕ ਕਰਨ ਲੱਗਿਆ ਜੀ ਆਪਾਂ ਅੰਕਲ ਉਹਨਾਂ ਨਾਲ। ਅੱਜ ਬਹੁਤ ਘੈਂਟ ਗਾਣਾ ਏ ਬੀ ਬਾਈ ਦੇ ਸੰਗੀਤ 'ਚ। ਏ ਬੀ ਵਿਰਾਜ ਮਿਊਜ਼ਿਕ ਡਾਇਰੈਕਟਰ ਦੇ ਨਾਲ ਨਾਲ ਬਲੌਗਰ ਵੀ ਬਣਿਆ ਹੋਇਆ। ਬਸ ਹੁਣ ਬਾਈ ਕਹਿੰਦਾ ਕੰਮ ਕੋਈ ਨਹੀਂ ਛੱਡਣਾ, ਬਲੌਗਰ ਵੀ ਬਣ ਕੇ ਦੇਖਣਾ। ਐਕਸਾਈਟਡ ਹਾਂ ਜੀ ਪੂਰਾ। ਜੀ ਦਾ ਤੁਹਾਨੂੰ ਗਾਣਾ ਪਸੰਦ ਆਊਗਾ, ਬਹੁਤ ਸੋਹਣਾ ਗਾਣਾ। ਆਡੀਓ ਵਾਈਜ਼ ਵੀਡੀਓ ਵਾਈਜ਼ ਆਪਾਂ ਲਾ ਰਹੇ, ਚਾਰ ਚੰਦ ਪੂਰੀ ਟੀਮ ਆਈ ਖੜੀ ਹੈ। ਬਸ ਕਰਨ ਲੱਗਿਆ 15 ਮਿੰਟ ਤੱਕ ਸ਼ੁਰੂ, ਬਾਕੀ ਤੁਹਾਨੂੰ ਬਲੌਗ 'ਚ ਨਾਲ ਦੀ ਨਾਲ ਦਿਖਾਈ ਜਾਵਾਂਗੇ ਵੀ ਕਿਆ ਗੱਲਬਾਤ। ਸੋ ਜੀ ਸਾਡੇ ਆਰਟਿਸਟ ਰੇਡੀ ਹੋ ਰਹੇ ਨੇ ਜੀ, ਇਹ ਸੂਰਜ ਅਗਰਵਾਲ ਸਾਡੇ ਆਰਟਿਸਟ ਜੀ। ਹਾਂਜੀ ਕਿਵੇਂ ਲੱਗ ਰਿਹਾ ਜੀ ਸ਼ੂਟ 'ਤੇ? ਹਾਂਜੀ ਬਹੁਤ ਵਧੀਆ ਜੀ, ਐਕਸਾਈਟਡ ਹਾਂ ਪੂਰਾ ਸ਼ੂਟ ਲਈ। ਬਿਲਕੁਲ ਬਿਲਕੁਲ। ਕਿਰਦਾਰ ਕੀ ਮਿਲਿਆ ਤੁਹਾਨੂੰ ਅੱਜ? ਬਸ ਮੈਂ ਆਪਣੇ ਪੁਰਾਣੇ ਕਿਰਦਾਰ 'ਚ ਆ ਗਿਆ ਜੀ ਵੀਰੇ 'ਚ। ਕਿਆ ਬਾਤ ਹੈ ਵੀਰੇ, ਸਾਡੇ ਮੇਕਅਪ ਆਰਟਿਸਟ ਜੀ ਸਾਰੇ ਲੱਗੇ ਹੋਏ ਨੇ, ਮਿਹਨਤ ਕਰ ਰਹੇ ਨੇ। ਭਾਅ ਜੀ ਕੀ ਨਾਮ ਆ ਜੀ ਤੁਹਾਡਾ? ਰੂਪ ਭਾਅ ਜੀ ਮੇਰਾ ਨਾਮ। ਰੂਪ ਭਾਅ ਜੀ ਨੇ ਬਹੁਤ ਅੱਛੇ ਮੇਕਅਪ ਆਰਟਿਸਟ ਨੇ ਅਤੇ ਬਹੁਤ ਹੀ ਵਧੀਆ ਲੱਗ ਰਿਹਾ, ਸਾਰੀ ਟੀਮ ਲੱਗੀ ਹੋਈ ਆ ਮਿਹਨਤ ਨਾਲ, ਸਾਡੇ ਇੱਧਰ ਆਰਟਿਸਟ ਸਾਰੇ ਬੈਠੇ ਨੇ। ਮੇਨ ਵਿਲਨ ਦਾ ਫੜ ਕੇ ਗੁਲਾਮੇ ਤੋਂ ਮਤਲਬ ਧੱਕਾ ਮਾਰ ਦਿਓ, ਹਾਂ ਜਿਹੜਾ ਦੂਜਾ ਹੁੰਦਾ ਉਹਦੇ ਤੁਸੀਂ ਬਸ ਗੋਲ ਪਿਸਤੌਲ ਰੱਖ ਦਿਓ, ਗੋਲੀ ਮਾਰ ਕੇ ਸ਼ੂਟ ਕਰੋ। ਠੀਕ ਹੈ, ਠੀਕ ਸਮਝ ਗਏ? ਆਪਣੀ ਵੱਡੀ ਸੀਕਵੈਂਸ ਸੀ ਜਿਹੜਾ ਆਪਣਾ ਐਂਡ ਆ, ਠੀਕ ਹੈ, ਉਹ ਆਪਾਂ ਗੱਲ ਕਰ ਲੈਂਦਾ ਦੋ, ਉਹ ਜਿਹੜੇ ਨਾਲ ਦੇ ਦੋ ਨੇ ਵਿਲਨ ਉਹ ਹੱਸਣ ਲੱਗ ਜਾਂਦੇ ਨੇ ਵੀ ਹੈ ਨਾ, ਹਾਂ ਹਾਂ ਤੁਸੀਂ ਹੁਣ ਦੱਸ। ਸੋ ਜੀ ਫਸਟ ਸੀਨ ਆਪਣੇ ਸ਼ੂਟਿੰਗ ਦਾ ਸ਼ੁਰੂ ਹੋਣ ਲੱਗਿਆ ਜੀ, ਸੋ ਅੰਕਲ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਅੰਕਲ ਜੀ, ਸ਼ੁਰੂ ਹੋਣ ਲੱਗਿਆ ਜੀ, ਸੋ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਅੱਛਾ ਲੱਗਿਆ। ਹੁਣ ਸਾਰੀ ਟੀਮ ਬ੍ਰੇਕਫਾਸਟ ਕਰਕੇ ਹਟੀ ਹੈ, ਬਹੁਤ ਅੱਛਾ ਲੱਗਿਆ। ਹੁਣ ਸਾਰਿਆਂ ਨੂੰ ਸ਼ੂਟਿੰਗ ਸਟਾਰਟ ਹੋਣ ਲੱਗੀ ਹੈ ਜੀ, ਬਿਲਕੁਲ ਵਿਦਇਨ 5 ਮਿੰਟ। ਹਾਂਜੀ ਥੈਂਕ ਯੂ ਜੀ। ਲਓ ਜੀ ਗੱਲਬਾਤ ਕਰਦੇ ਹਾਂ ਸਾਡੇ ਇੱਕ ਆਰਟਿਸਟ ਨਾਲ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਹਾਂਜੀ ਅੱਜ ਅਸੀਂ ਪਹੁੰਚੇ ਹਾਂ ਜੀ ਆਪਣਾ ਰੱਖੜੇ ਦੇ ਕੋਲ, ਇੱਛੇਵਾਲ ਪਿੰਡ ਦੇ ਕੋਲ। ਆਹ ਹਵੇਲੀ ਬਹੁਤ ਵਧੀਆ ਲੋਕੇਸ਼ਨ ਬਣੀ, ਸਪੈਸ਼ਲ ਸ਼ੂਟਿੰਗ ਵਾਸਤੇ ਬਣੇ ਜੀ। ਅਤੇ ਇਸ ਗੀਤ ਨੂੰ ਗਾਇਆ ਹੈਗਾ ਸਾਡੇ ਉਸਤਾਦ ਉਜਾਗਰ ਅੰਟਾਲ ਜੀ ਨੇ, ਅਤੇ ਜਿਨ੍ਹਾਂ ਦੇ ਕੋਲ ਬਹੁਤ ਵੱਡੇ ਵੱਡੇ ਐਕਟਰ ਸਿੰਗਰ ਕਾਫੀ ਸਿੱਖ ਕੇ ਗਏ ਨੇ, ਜਿਵੇਂ ਆਪਾਂ ਕਹਿ ਸਕਦੇ ਹਾਂ ਐਮੀ ਵਿਰਕ ਜੀ, ਆਰ ਨੇਥ, ਆਪਣਾ ਮਨਕਿਰਤ ਔਲਖ ਅਤੇ ਆਪਣਾ ਨਿਰਵੈਰ ਪੰਨੂ, ਅਤੇ ਉਹਨਾਂ ਦਾ ਗੀਤ ਹੈਗਾ ਜੀ। ਅਤੇ ਇਸ ਨੂੰ ਮਿਊਜ਼ਿਕ ਦਿੱਤਾ ਜੀ, ਮਿਊਜ਼ਿਕ ਡਾਇਰੈਕਟਰ ਏ ਬੀ ਬੋਬੀ ਨੇ ਜੀ, ਅਤੇ ਬਾਕੀ ਬਹੁਤ ਸਾਰੇ ਕਲਾਕਾਰ ਇਸ ਦੇ ਵਿੱਚ ਕੰਮ ਕਰਨੇ। ਅਤੇ ਇਸ ਗੀਤ ਦੇ ਜੋ ਕਰਤਾ ਧਰਤਾ ਨੇ ਸਾਡੇ, ਜੋ ਇਸ ਗੀਤ ਦੇ ਵਿੱਚ ਮੇਨ ਲੀਡ ਕਰ ਰਹੇ ਨੇ ਜੀ, ਆਪਣਾ ਸਰ ਦਿਲਵਾਰ ਐਸ ਦੁਬਈ ਜੀ, ਅਤੇ ਇਹ ਹਾਂ ਲੋਸ ਐਂਜਲ ਕੰਪਨੀ ਦੇ ਮਾਲਕ ਨੇ ਜੀ, ਅਤੇ ਪ੍ਰੋਡਿਊਸਰ ਨੇ ਇਸ ਗੀਤ ਦੇ, ਅਤੇ ਬਹੁਤ ਵਧੀਆ ਇਨਸਾਨ ਨੇ, ਜਿੰਨਾ ਕਹਿ ਸਕੇ ਜੀ ਉਨਾ, ਮਤਲਬ ਕਿ ਤਾਰੀਫ ਜੀ ਨਹੀਂ ਕਰਦੇ ਉਨੀ ਘੱਟ ਜੀ, ਅਤੇ ਬਹੁਤ ਵਧੀਆ ਲੱਗ ਰਿਹਾ ਜੀ। ਇੱਥੇ ਸਾਡੇ ਸਰ ਜੋਰਾ ਸਿੰਘ ਜੀ ਬੈਠੇ ਨੇ ਜੀ, ਅਤੇ ਨਾਲ ਸਰ ਜੋਗਾ ਸਿੰਘ ਜੀ, ਅਤੇ ਲੱਕੀ ਦੁਬਈ ਜੀ, ਅਤੇ ਸਰ ਮਨਜਿੰਦਰ ਸਿੰਘ ਜੀ, ਅਤੇ ਸਾਡੇ ਸੁੱਚਾ ਸਿੰਘ, ਅਤੇ ਬਾਕੀ ਇਸ ਸੌਂਗ ਦੇ ਜੋ ਡਾਇਰੈਕਟਰ ਨੇ ਬਹੁਤ ਵਧੀਆ ਇਨਸਾਨ ਨੇ ਜੀ, ਨੀਰਜ ਲਿਬੜਾ ਜੀ, ਜੋ ਇਸ ਗੀਤ ਨੂੰ ਡਾਇਰੈਕਟ ਕਰ ਰਹੇ ਨੇ ਜੀ। ਅਤੇ ਬਾਕੀ ਗੱਲਬਾਤ ਹੋਰ ਸਾਰੇ ਆਰਟਿਸਟ ਤੁਹਾਡੇ ਨਾਲ ਕਰਨੇ ਜੀ, ਥੈਂਕ ਯੂ ਜੀ। ਲਓ ਜੀ ਸਾਡੇ ਅੱਜ ਦੇ ਡਾਇਰੈਕਟਰ ਆ ਜਾਓ ਭਾਅ ਜੀ, ਕਰੀਏ ਯਾਰ ਟੇਕ। ਸੋ ਕਾਫੀ ਫੇਮਸ ਸੌਂਗ ਕੀਤੇ ਨੇ ਭਾਅ ਜੀ ਨੇ। ਸੋ ਭਾਅ ਜੀ ਕਿਵੇਂ ਮਹਿਸੂਸ ਹੋ ਰਿਹਾ ਅੱਜ ਫਿਰ ਸਾਡੇ ਸ਼ੂਟ ਤੇ? ਤੁਸੀਂ ਬਹੁਤ ਵਧੀਆ, ਬਹੁਤ ਮੌਸਮ ਠੰਡਾ ਹੈ, ਮੌਸਮ ਠੰਡਾ ਹੈ, ਠੰਡੀ ਥਾਂ ਬੈਠੇ ਹਾਂ, ਬਸ ਹੁਣ ਭੱਖਣ ਲੱਗਿਆ ਕੰਮ, ਮੌਸਮ ਠੰਡਾ ਵੈਸੇ ਹੁਣ ਭੱਖ ਜਾਣਾ। ਹਾਂ ਲੋ ਆਕਾਸ਼ ਜੀ, ਖਿੱਚ ਦੀ ਤਿਆਰੀਆਂ, ਕੀ ਕਹਿੰਦਾ ਅਸਲਾ ਫਿਰ? ਲੋ ਜੀ ਇਹ ਸਾਡੇ ਭਾਜੀ, ਲੋ ਜੀ ਇਹ ਕੀ ਲਈ ਬੈਠੇ ਤੇ ਮੱਕੜੀ ਜੀ ਲੱਗਦੀ ਹੈ, ਐਸਾ ਡਰਾਉਣ ਹੈ। ਲੋ ਜੀ ਇਹ ਡਰਾਉਣ ਹੈ ਜੀ, ਸੋ ਇਹ ਅੱਜ ਕਰੂਗਾ ਕਮਾਲ। ਅੰਦਰ ਐਂਟਰੀ ਕਰਨੀ ਹੋਣੀ ਗੇਟ 'ਚ? ਹਾਂਜੀ ਦੱਸਣੀ ਮੈਨੂੰ ਲੱਗਦਾ ਕਿ। ਲਓ ਜੀ ਅਤੇ ਸ਼ੂਟ ਚੱਲਦੇ ਚੱਲਦੇ, ਸੋ ਆਪਾਂ ਸਾਡੇ ਨਾਲ ਭਾਅ ਜੀ ਮਰਸੜੀ ਵਾਲੇ ਭਾਅ ਜੀ,
ਉਹ ਬੈਠੇ ਆ ਮਰਸੜੀ ਜਦੋਂ ਹੁਣ ਐਂਟਰੀ ਕਰਾਂਗੇ ਖਤਰਨਾਕ ਬੰਦੂਕਾਂ ਲੈ ਗਏ ਬੰਦੂਕਾਂ ਲੈ ਗਏ ਹਾਂਜੀ ਅੱਜ ਸਾਡੇ ਗੀਤ ਦਾ ਸ਼ੂਟ ਹੋਇਆ ਜੀ ਨੀਰਜ ਬਾਈ ਨੇ ਕੀਤਾ ਸਵਾਮੀ ਬਾਈ ਹੋਣੀ ਡੀਓਪੀ ਸੀ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਦਰਬਾਰਾ ਇਸ ਤੂਰ ਦੀ ਦੁਬਈ ਤੋਂ ਸਾਡੇ ਬਾਈ ਜੀ ਸਾਡੇ ਸਰ ਜੀ ਸੂਰਜ ਅਗਰਵਾਲ ਬਾਈ ਜੀ ਬਹੁਤ ਸੋਹਣਾ ਗੀਤ ਬਣਾਇਆ ਬੌਬੀ ਨੇ ਗਾਇਆ ਮੈਂ ਤੁਹਾਡੇ ਉਜਾਗਰਨ ਟਾਲੇ ਮਿਊਜ਼ਿਕ ਸਾਡੇ ਇਹ ਵੀ ਬੌਬੀ ਨੇ ਕੀਤਾ ਅਤੇ ਨੀਰਜ ਬਾਈ ਨੇ ਡਾਇਰੈਕਟ ਕੀਤਾ ਬਾਈ ਹੁਣੇ ਸਟਾਰਿੰਗ 'ਚ ਨੇ ਦਰਬਾਰਾ ਐਸ ਦੁਬਈ ਜੀ ਬਾਈ ਜੀ ਸੂਰਜ ਬਾਈ ਹੁਣੀ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਨੀਰਜ ਵੀਰੇ ਨੂੰ ਆਉਣ ਵਾਲੇ ਬ੍ਰਾਈਟ ਫਿਊਚਰ ਵਾਸਤੇ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਭਾਅ ਜੀ ਥੈਂਕ ਯੂ ਬਹੁਤ ਸੋਹਣਾ ਕੰਮ ਥੈਂਕ ਯੂ ਭਾਅ ਜੀ ਵੈਰੀ ਗੁੱਡ